ਪਛਾਣਾ ਗਏ ਹਿੱਕ ਠੋਕ ਕੇ ਕਹਿਤਾ ਕਿਆ ਬਾਤ ਆ ਮੈਂ ਸਲਿਊਟ ਕਰਦਾ ਆ ਦੇਖੋ ਇਹ ਸਲਿਊਟ ਮੈਂ ਉਹਦੇ ਮੂੰਹ ਤੇ ਵੀ ਮਾਰਨਾ ਤੇ ਸਾਡੀ ਕੌਮ ਦੇ ਪਹਿਰੇਦਾਰ ਸਰਦਾਰ ਗਾਤਰੇ ਪਾ ਕੇ ਇੱਧਰ ਦਾੜੇ ਛੱਡ ਕੇ ਇਹਨਾਂ ਨੂੰ ਕਹਿੰਦੇ ਲੰਗਰ ਛਕੋ ਕੋਈ ਗੱਲ ਨੀ ਰਿਪੋਰਟ ਤਾਂ ਜਿਹੜੀ ਤੁਸੀਂ ਲਾਉਣੀ ਲਾ ਹੀ ਦੇਣੀ ਆ ਇਹਨਾਂ ਦਾ ਕੀ ਥੇ ਯਾਰ ਇਹਨਾਂ ਦਾ ਕੋਈ ਹੈ ਇਹਨਾਂ ਤੋਂ ਕੋਈ ਤਵੱਜੋ ਕਰਦੇ ਆ ਇਹ ਪਾਣੀ ਦੀਆਂ ਬਿਸ਼ਾਰਾ ਮਾਰਦਾ ਕਮਲਾ ਇਹਨੂੰ ਪਤਾ ਨਹੀਂ ਉਹ ਸੌਰੀ ਦੇ ਤੜਕੇ 4 ਵਜੇ ਅਸੀਂ ਪਾਣੀ ਲਾਉਣ ਜਾਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਮੇਰੀਆਂ ਬੀਬੀਆਂ ਵਾਸਤੇ ਜ਼ੋਰਦਾਰ ਤਾੜੀਆਂ ਮਾਰੋ ਤੇ ਬਜ਼ੁਰਗਾਂ ਵਾਸਤੇ ਜ਼ੋਰਦਾਰ ਤਾੜੀਆਂ ਮਾਰੋ ਕਿਉਂਕਿ ਇਹ ਸਾਡਾ ਸਰਮਾਇਆ ਆ ਤੇ ਇੱਕ ਜ਼ੋਰਦਾਰ ਤਾੜੀਆਂ ਮਾਰੋ ਉਸ ਪਤੰਦਰ ਨੂੰ ਵੀ ਪਤਾ ਲੱਗਿਆ ਅਸੀਂ ਇੰਨੇ ਬੈਠੇ ਆ ਇਹ ਯਾਰ ਇਹਦੇ ਪਿਓ ਦੀ ਜ਼ਖੀਰ ਥੋੜੀ ਆ ਮੈਂ ਤੁਹਾਨੂੰ ਦੱਸਦਾ ਇੱਕ ਸੀ ਇਮਰਾਨ ਖਾਨ ਉਹ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਤੇ ਇੱਕ ਆਪਣੇ ਦੇਸ਼ ਦਾ ਪ੍ਰਧਾਨ ਮੰਤਰੀ ਮੋਦੀ ਅੱਛਾ ਦੋਨਾਂ ਚ ਦੇਖੋ ਬਈ ਕਿਸੇ ਬੰਦੇ ਨੇ ਕਿਹਾ ਬਈ ਇਹਨਾਂ ਚ ਫਰਕ ਕੀ ਆ ਉਹ ਕਹਿੰਦਾ ਦੇਖੋ ਬਈ ਜਿਹੜਾ ਇਮਰਾਨ ਖਾਨ ਆ ਉਹ ਕੱਪ ਜਿੱਤ ਕੇ ਪ੍ਰਧਾਨ ਮੰਤਰੀ ਬਣਿਆ ਕਹਿੰਦੇ ਆਪਣੇ ਵਾਲਾ ਇਹ ਸਾਰਾ ਕੱਪ ਧੋ ਕੇ ਬਣਿਆ ਇਹੋ ਜਿਹੇ ਬੰਦੇ ਤੋਂ ਜਿਹੜਾ ਬੰਦਾ ਕੱਪ ਧੋਣ ਵਾਲਾ ਉਹ ਤੋਂ ਤੁਸੀਂ ਮਾੜੇ ਕਾਨੂੰਨਾਂ ਦੀ ਉਮੀਦ ਹੀ ਕਰ ਸਕਦੇ ਆ ਓਏ ਇਹ ਗੱਲ ਪੱਕੀ ਆ ਇਹਨਾਂ ਨੂੰ ਵਿਚਾਰਾ ਪਤਾ ਹੀ ਨਹੀਂ ਇਹ ਬਣ ਜਾਂਦੇ ਆ ਸੋ ਓ ਭਾਈ ਇੱਕ ਮਿੰਟ ਬਹਿ ਜਾਓ ਯਾਰ ਇੱਕ ਮਿੰਟ ਬੈਠੋ ਆ ਭੈਣ ਬਹਿ ਜਾ ਇਹ ਬੀਬੀ ਉਹ ਬਹਿ ਜਾਓ ਭੈਣ ਜੀ ਬਹਿ ਜਾਓ ਇਹਨੂੰ ਸ਼ਾਂਤੀ ਪੂਰਵਕ ਨਾ ਇੱਕ ਤਾਂ ਤੁਸੀਂ ਕੋਈ ਗੱਲ ਨਹੀਂ ਮੈਂ 2 ਮਿੰਟ ਹੀ ਬੋਲਣੇ ਆ ਸਿਰਫ ਇੱਕ ਚੁਟਕਲਾ ਤੁਹਾਨੂੰ ਸੁਣਾਉਣਾ ਲੀਡਰਾਂ ਦਾ ਉਸ ਤੋਂ ਬਾਅਦ ਮੈਂ ਇੱਕ ਵਾਰੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿਆ ਬਾਤ ਆ ਮੈਂ ਸਲਿਊਟ ਕਰਦਾ ਆ ਦੇਖੋ ਇਹ ਸਲਿਊਟ ਮੈਂ ਉਹਦੇ ਮੂੰਹ ਤੇ ਵੀ ਮਾਰਨਾ ਇਹੋ ਜਿਹਾ ਬਾਂਦਰ ਪ੍ਰਧਾਨ ਮੰਤਰੀ ਚੁਣ ਲਿਆ ਇਹ ਮੈਨੂੰ ਕਈ ਬੰਦੇ ਕਹਿੰਦੇ ਵੀ ਇੱਦਾਂ ਨਾ ਬੋਲਿਆ ਕਰ ਮੈਂ ਕਿਹਾ ਯਾਰ ਦਿਲ ਬਲੂੰਦਰ ਆ ਮੈਂ ਇੰਗਲੈਂਡ ਗਿਆ ਸੀ ਅਸੀਂ ਉੱਥੇ ਇਕੱਠੇ ਸੀਗੇ ਪਰ ਯਾਰ ਜਦੋਂ ਅਸੀਂ ਦੇਖਦੇ ਸੀ ਬਜ਼ੁਰਗਾਂ ਦੇ ਆ ਜਿਹੜੀ ਪੁਲਿਸ ਆ ਇਹਨੂੰ ਵੀ ਸ਼ਰਮ ਆਉਣੀ ਚਾਹੀਦੀ ਆ ਦੇਖੋ ਬਜ਼ੁਰਗਾਂ ਦੇ ਲਾਠੀਆਂ ਮਾਰਦੇ ਤੇ ਸਾਡੀ ਕੌਮ ਦੇ ਪਹਿਰੇਦਾਰ ਸਰਦਾਰ ਗਾਤਰੇ ਪਾ ਕੇ ਇੱਧਰ ਦਾੜੇ ਛੱਡ ਕੇ ਇਹਨਾਂ ਨੂੰ ਕਹਿੰਦੇ ਲੰਗਰ ਛਕੋ ਕੋਈ ਗੱਲ ਨੀ ਰਿਪੋਰਟ ਤਾਂ ਜਿਹੜੀ ਤੁਸੀਂ ਲਾਉਣੀ ਲਾ ਹੀ ਦੇਣੀ ਆ ਇਹੋ ਜਿਹੀ ਕੌਮ ਇਹ ਸਾਡੇ ਹਿੱਸੇ ਆਈ ਆ ਇਹੋ ਜਿਹੀ ਕੌਮ ਹੁਣ ਮੈਂ ਤੁਹਾਨੂੰ ਇੱਕ ਚੁਟਕਲਾ ਸੁਣਾਉਣਾ ਭਾਜੀ ਇੱਕੋ ਹੀ ਸੁਣਾਉਂਗਾ ਸਿਰਫ ਸੌਣ ਵਾਲਾ ਔਰ ਉਸ ਪਾਗਲ ਬੰਦੇ ਨੂੰ ਸ਼ਾਇਦ ਪਤਾ ਲੱਗ ਜਾਏ ਅੱਛਾ ਮੈਂ ਇੱਕ ਲੀਡਰ ਸੀਗਾ ਉਹਦਾ ਮੁੰਡਾ ਜਵਾਨ ਹੋ ਗਿਆ ਉਹ ਜਵਾਨ ਹੋ ਗਿਆ ਉਹਦੇ ਸਾਰੇ ਟੱਬਰ ਨੂੰ ਟੈਨਸ਼ਨ ਪੈ ਗਈ ਬਈ ਇਹ ਸਾਰਾ ਵੱਡਾ ਹੋ ਕੇ ਕੀ ਬਣੂਗਾ ਹੈ ਉਹ ਕਹਿੰਦੇ ਕੋਈ ਗੱਲ ਨਹੀਂ ਮੰਤਰੀ ਸਾਹਿਬ ਕਹਿੰਦੇ ਲੀਡਰ ਸਾਹਿਬ ਬਈ ਮੈਂ ਅੱਜ ਹੀ ਪਤਾ ਕਰ ਲੈਣਾ ਚਿੰਤਾ ਨਾ ਕਰੋ ਅੱਛਾ ਉਹਨੇ ਇੱਕ ਕਮਰਾ ਲਿਆ ਕਮਰੇ 'ਚ ਉਹਨੂੰ ਬਿਠਾ ਤਾ ਤੇ ਦੂਸਰੇ ਕਮਰੇ 'ਚ ਉਹਨੇ ਇੱਕ ਧਰਮ ਗ੍ਰੰਥ ਰੱਖਤਾ ਇੱਕ ਪਿਸਟਲ ਰੱਖਤਾ ਤੇ ਨੋਟਾਂ ਦੀ ਥੱਡੀ ਰੱਖਤੀ ਉਹ ਕਹਿੰਦੇ ਵੀ ਹੁਣ ਜਿਹਨੂੰ ਆ ਕੇ ਹੱਥ ਪਾਊਗਾ ਜੇ ਤਾਂ ਇਹਨੇ ਪਿਸਤੌਲ ਨੂੰ ਹੱਥ ਪਾਇਆ ਫਿਰ ਤਾਂ ਗੁੰਡਾ ਮੋਬਾਈਲ ਬਣੂਗਾ ਤੇ ਜੇ ਧਰਮ ਗ੍ਰੰਥ ਨੂੰ ਹੱਥ ਪਾਇਆ ਫੇ ਧਰਮਚਾਰੀ ਬਣੂਗਾ ਤਾਂ ਜੇ ਇਹਨੇ ਆ ਪੈਸਿਆਂ ਨੂੰ ਹੱਥ ਪਾ ਲਿਆ ਫੇ ਮਾਇਆ ਦਾ ਭੁੱਖਾ ਬਣੂਗਾ ਅੱਛਾ ਜਦੋਂ ਉਹ ਇਹਨੂੰ ਅੱਖਾਂ ਹੀ ਮਰਦਾ ਆਇਆ ਪਤੰਦਰ ਕਹਿੰਦਾ ਬਾਬਾ ਜੀ ਕਿੱਧਰ ਬਹਿਣਾ ਕਹਿੰਦਾ ਇੱਥੇ ਹੀ ਬਹਿ ਜਾ ਪੁੱਤ ਜਦੋਂ ਬਹਿ ਗਿਆ ਉਹ ਪਰਦਾ ਜਾਂ ਟੋਕਰੇ ਨੂੰ ਚੱਕਿਆ ਤੇ ਆਪ ਲੀਡਰ ਸਾਹਿਬ ਬਾਹਰ ਹੋ ਗਏ ਅੱਛਾ ਉਹਨੇ ਕੀ ਦੇਖਿਆ ਉਹਨੇ ਕਿਹਾ ਕਿਆ ਬਾਤ ਹੈ ਬਈ ਪਿਸਟਲ ਪੈਸੇ ਵੀ ਥੱਦੀ ਆ ਤੇ ਉਹ ਧਰਮ ਗ੍ਰੰਥ ਉਹਨੇ ਪੇ ਦੇ ਪੁੱਤਰੇ ਕਨਫਿਊਜ਼ਨ ਹੋ ਕੇ ਪਿਸਟਲ ਤਾਂ ਪਾ ਲਿਆ ਡੱਬ ਚ ਤੇ ਸਾਰਾ ਟੱਬਰ ਝਾਤੀਆਂ ਮਾਰ ਕੇ ਬਾਰੀ ਥਾਣੀ ਦੇਖਣ ਦਿਆ ਲੈ ਬਈ ਇਹ ਗੁੰਡਾ ਮਵਾਲੀ ਬਣੋ ਅੱਛਾ ਨਾਲ ਹੀ ਪੇ ਦੇ ਪੁੱਤਰੇ ਥੱਦੀ ਪੈਸਿਆਂ ਦੀ ਚੱਕੀ ਨੇਫੇ ਦੇ ਲਈ
अगला कहता भी ये तो मैं ये तो बनूंगा भी बहुत तकड़ा व्यापारी बनूंगा। अच्छा नाल ही जो धर्म ग्रंथ चाके कच्छे मार लिया वो सारा टब्बर देखे भी ये की बनिया वो लीडर सुनंदा जहा होकर कहना मैनू पता ये पतंदर प्यो ते ही गया यार इन्हों का की थे यार इन्हों का कोई है ना तो कोई तवज्जो कर दे। सो एक गल आ एक मेरी बेनती है तुहानू सारयां नू सो तुसी रसूख दे नाल शांतिमई नाल ये प्रोटेस्ट करना ये अपना मिशन कामयाब आ। उहनू पता लग गया उहने जिन्नी सरदारां दे नाल सिक्योरिटी सी हटाती नू डर पै गया इस ये भी गल साडे हिस्से आउंदी आ। बाकी ये जिहड़े काले कानून आ इहनू वापस करने पैणे आ इदां ही डटे रहियो। देखो पूरे वर्ल्ड के प्राइम मिनिस्टर एदी निखेधी कर रहे हैं किसानों के हक च फतवा दे रहे हैं। सो इस करके मेरी तुहानू सारे नू बेनती आ भई तुसी इस तरह डटे रहना ते बाकी मेरे नाल सोनू भाजी भी आए हैं सो यह भी समाज सेवी ने और एक बारी गज के फतेह बुलाओ किसान मजदूर एकता। बाकी एक गल भी ओह गल छदाइया काम की गल मोटी मोदी अही घट छदाई हैं तैनू पता ही नहीं पतंत्रा ही किन्ने छदाई हैं इट नाल इट खड़का देंगे। साढ़े गुरुआं पीरां ने यही सिखाया भाई जुलम दे अगे झुकना नहीं तो वैरी नू वढ़ना। सो साडा यह वैरी आ साडा कदों तो यह दूसरे बंदियां नू साडियां जमीनां यार किसानां दे नू दर्द ही नहीं पता भाई वह किदा यह पानी दियां बुछारा मारदा कमला इहनू पता नहीं वह सोरी जिहा तड़के 4 बजे अहीं पानी लाउण जांदे वह ठंडे पानी च गोडड़ियां ला के असीं आ पानी लाउणे आ। वह तू कहदे बैठ दी मुंडी आ वह पुत तू चाहे टैंकर ले आई वह तोपां अगे भी खड़ जांगे यार कहड़ी गल है पर तैनू यह पुत कानून वापस कराने पैने आ यह तैनू दस देने आ। सो इसे करके मैं ज्यादा नहीं बोलता। सो भाई जी मेरे दिल दे बलबले सी मैं बेबाक होकर बोलिया सो तुहाडे नाल इदां ही खड़ांगा जदों मर्जी भाई मैनू सद लईओ मैं इत्थे ही रहूंगा दिन रात एक कट देंगे। सो साडे गुरुआं पीरां ने एक गल लिखी आ मैं वार भी गाउंदा हुंदा पंजाबी यूनीवर्सिटी च और GND यूनीवर्सिटी विच ऐ मैं परमा साडा कैतला नू असी होवांगे 2 जां 4 लोक असी मारिया भी कदे मुकदे नहीं ऐडी लम्मी आ साडी कितार लोक भुल जाओ असी मुड़ जांगे। वाहेगुरू जी का खालसा वाहेगुरू जी की फतेह। इन्नी हाजरी प्रवान करो भाई मैं पहली बारी जिंदगी च इन्ना बोलिया तुसी बड़े भागा वाले हो मैं बड़ा भागा वाला असी डटे रहना पर एक गल याद रखो भाई गलत काम नहीं करना ते अपने नाल बैठिया भैणा भी बजुर्ग भी बच्चे भी भरा भी नाल देखे रहना भी ये बंदा साडा ही आ जां उहदा तां नहीं ये गल पक्की आ बिचे तुहाडे ये गल जरूर नोट करनी आ तुसी खड़े आ ये मेरी बार बार तुहानू रिपील आ कोई गलत काम नहीं करना इदां ही करना भावें 2 महीने चले चाहे 3 महीने चले खड़ांगे हिक ठोके कहता बट्टे उस बेरी नू बजदे ने जिस बेरी दे मिठड़े बेर होंदे कम होई तसीहां सेंदियां ने जिस कौम दे मर्द दलेर होंदे कौन पुछदा कावां दा गिदड़ा नू कैद पिंजरे विच ना शेर होंदे। वाहिगुरू जी का खालसा वाहिगुरू जी की फतेह। किसान मजदूर एकता वाहिगुरू जी का।